ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਖਬਰ ਹਰਪਲ ਇੰਡੀਆ। ਖਬਰ ਹਰਪਲ ਇੰਡੀਆ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮਾਰਦੇ ਹਾਂ ਇੱਕ ਨਜ਼ਰ ਅੱਜ ਦੀਆਂ ਮੁੱਖ ਸੁਰਖੀਆਂ ਤੇ। ਅਮਿਤ ਸ਼ਾਹ ਇੱਕ ਵਾਰ ਫਿਰ ਤੋਂ ਬਣੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ। ਬਿਨਾਂ ਕਿਸੇ ਵਿਰੋਧ ਦੇ ਚੁਣੇ ਗਏ ਅਮਿਤ ਸ਼ਾਹ। ਦੇਸ਼ ਭਰ ਵਿੱਚ ਮਨਾਇਆ ਗਿਆ ਜਸ਼ਨ। ਦਿੱਲੀ ਸਰਕਾਰ ਵਿੱਚ ਆਪ ਦੇ ਮੰਤਰੀ ਕਪਿਲ ਮਿਸ਼ਰਾ ਨੇ ਦਿੱਤਾ ਵਿਵਾਦਿਤ ਬਿਆਨ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਨਿਪੁੰਸਕ। ਅਤੇ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਹਾਈ ਅਲਰਟ ਜਾਰੀ। ਦੇਸ਼ ਵਿੱਚ ਸੁਰੱਖਿਆ ਦੇ ਕੀਤੇ ਪੁਖਤਾ ਪ੍ਰਬੰਧ। ਤੇ ਹੁਣ ਖਬਰਾਂ ਵਿਸਥਾਰ ਨਾਲ। ਭਾਜਪਾ ਵੱਲੋਂ ਅਮਿਤ ਸ਼ਾਹ ਨੂੰ ਇੱਕ ਵਾਰ ਫਿਰ ਤੋਂ ਪ੍ਰਧਾਨ ਦੇ ਅਹੁਦੇ ਲਈ ਚੁਣ ਲਿਆ ਹੈ। ਸ਼ਾਹ ਦੇ ਬਿਨਾਂ ਕਿਸੇ ਵਿਰੋਧ ਦੇ ਚੁਣੇ ਜਾਣ ਦਾ ਐਲਾਨ ਅੱਜ ਦੁਪਹਿਰ ਨਾਮਜ਼ਦਗੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਕੀਤਾ ਗਿਆ। ਅਮਿਤ ਸ਼ਾਹ ਨੂੰ ਦੂਜੀ ਵਾਰ ਬੀਜੇਪੀ ਦਾ ਪ੍ਰਧਾਨ ਬਣਾਇਆ ਗਿਆ। ਅਮਿਤ ਸ਼ਾਹ ਦੀ ਚੋਣ ਨਿਰਵਿਰੋਧ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕਈ ਕੇਂਦਰੀ ਮੰਤਰੀਆਂ, ਭਾਜਪਾ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਨੇ ਨਾਮਜ਼ਦਗੀ ਪ੍ਰਕਿਰਿਆ ਦੌਰਾਨ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਨਾਮ ਦਾ ਪ੍ਰਸਤਾਵ ਪੇਸ਼ ਕੀਤਾ ਸੀ। ਅਮਿਤ ਸ਼ਾਹ 3 ਸਾਲ ਤੱਕ ਪਾਰਟੀ ਪ੍ਰਧਾਨ ਦੇ ਅਹੁਦੇ ਉੱਤੇ ਰਹਿਣਗੇ। ਇਸ ਮੌਕੇ ਦੇਸ਼ ਭਰ ਵਿੱਚ ਜਸ਼ਨ ਮਨਾਏਗੇ। ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਇੱਕ ਮਜ਼ਬੂਤ ਨੇਤਾ ਹੈ। ਬਹੁਤ ਮਜ਼ਬੂਤ ਸੰਗਠਨ ਕਰਤਾ ਔਰ ਬਿਨਾਂ ਰੁਕੇ ਬਿਨਾਂ ਥਕੇ ਉਹਨੇ ਸੰਗਠਨ ਕੇ ਸਮਾਜਿਕ ਵਿਸਤਾਰ ਔਰ ਆਖਰੀ ਆਦਮੀ ਤੱਕ ਭਾਰਤੀ ਜਨਤਾ ਪਾਰਟੀ ਕੀ ਪਹਿਚਾਨ ਔਰ ਭਾਰਤੀ ਜਨਤਾ ਪਾਰਟੀ ਕਾ ਨਿਸ਼ਾਨ ਪਹੁੰਚੇ, ਇਸਕੇ ਲਈ ਬਹੁਤ ਮਜ਼ਬੂਤੀ ਕੇ ਸਾਥ ਕਾਮ ਕੀਆ। ਅਗਰ ਆਪ ਦੇਖੇ ਤੋ ਚਾਹੇ ਵੋ ਲੋਕ ਸਭਾ ਕੇ ਚੁਣਾਵ ਰਹੇ ਹੋ, ਚਾਹੇ ਵਿਧਾਨ ਸਭਾ ਕੇ ਚੁਣਾਵ ਰਹੇ ਹੋ, ਯਾ ਚੀਜ਼ ਸਥਾਨੀ ਨਿਕਾਏ ਸੇ ਲੇਕਰ ਕੇ ਪੰਚਾਇਤੋਂ ਕੇ ਚੁਣਾਵ ਰਹੇ ਹੋ, ਹਰ ਜਗ੍ਹਾ ਭਾਰਤੀ ਜਨਤਾ ਪਾਰਟੀ ਆਪਣੀ ਮਜ਼ਬੂਤ ਉਪਸਥਿਤੀ ਦਰਜ ਕਰੇ, ਮਜ਼ਬੂਤ ਆਪਣੇ ਉਪਸਥਿਤੀ ਕੇ ਅਹਿਸਾਸ ਕਰਾਏ। ਇਸਕੇ ਲਈ ਉਹਨੇ ਜੋ ਹੈ ਵੋ ਨਿਚਲੇ ਸਤਰ ਤੱਕ ਕੇ ਕਾਰਕਰਤਾਓਂ ਕੇ ਬੀਚ ਮੇਂ ਕਾਮ ਕੀਆ। ਦਿੱਲੀ ਸਰਕਾਰ ਵਿੱਚ ਮੰਤਰੀ ਕਪਿਲ ਮਿਸ਼ਰਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਖਿਲਾਫ਼ ਇੱਕ ਵਿਵਾਦਿਤ ਬਿਆਨ ਦਿੱਤਾ ਹੈ। ਕਪਿਲ ਮਿਸ਼ਰਾ ਨੇ ਮੋਦੀ ਸਰਕਾਰ ਤੇ ਮੋਦੀ ਨੂੰ ਨਪੁੰਸਕ ਕਹਿ ਕੇ ਵਿਵਾਦ ਪੈਦਾ ਕੀਤਾ ਹੈ। ਦਿੱਲੀ ਸਰਕਾਰ ਦੇ ਮੰਤਰੀ ਕਪਿਲ ਮਿਸ਼ਰਾ ਇੱਕ ਵਾਰ ਫਿਰ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ ਬਟੋਰ ਰਹੇ ਨੇ। ਇਸ ਵਾਰ ਉਹਨਾਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ਬਿਆਨ ਦੇ ਕੇ ਨਵਾਂ ਵਿਵਾਦ ਪੈਦਾ ਕੀਤਾ ਹੈ। ਇਹ ਬਿਆਨ ਮਿਸ਼ਰਾ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਤੇ ਆਯੋਜਿਤ ਇੱਕ ਸਮਾਗਮ ਵਿੱਚ ਦਿੱਤਾ ਹੈ। ਬਿਆਨ ਵਿੱਚ ਉਹਨਾਂ ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਨੂੰ ਨਿਪੁੰਸਕ ਕਿਹਾ ਹੈ। ਉਸੀ ਕੋ ਬੁਲਾਇਆ ਜਾ ਰਿਹਾ ਕਿ ਆਤੰਕਵਾਦੀ ਹਮਲੋਂ ਕੀ ਜਾਂਚ ਕਰੋ। ਮੁਝੇ ਲਗਤਾ ਹੈ ਹਿੰਦੁਸਤਾਨ ਕੇ ਇਤਿਹਾਸ ਮੇਂ ਆਜ਼ਾਦੀ ਕੇ ਬਾਅਦ ਇਸਸੇ ਜ਼ਿਆਦਾ ਕਮਜ਼ੋਰ, ਕਾਇਲ ਔਰ ਨਪੁੰਸਕ ਕੋਈ ਔਰ ਸਰਕਾਰ ਨਹੀਂ ਆਈ ਜੈਸੀ ਸਰਕਾਰ ਆਜ ਕੇਂਦਰ ਮੇਂ ਬੈਠੀ ਹੋਈ ਹੈ। ਫਿਲਹਾਲ ਆਮ ਆਦਮੀ ਪਾਰਟੀ ਦੇ ਵਿਵਾਦਾਂ ਦਾ ਨਾਤਾ ਕਾਫੀ ਪੁਰਾਣਾ ਹੈ ਤੇ ਪਾਰਟੀ ਦਾ ਇਹ ਨੇਤਾ ਪਹਿਲਾਂ ਵੀ ਕਈ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ ਬਟੋਰ ਚੁੱਕਾ ਹੈ। ਦਿੱਲੀ ਤੋਂ ਨੀਰਜ ਕੁਮਾਰ, ਖਬਰ ਹਰਪਲ ਇੰਡੀਆ ਲਈ। ਦਿੱਲੀ ਦੇ ਜਾਮੀਆ ਨਗਰ ਇਲਾਕੇ ਵਿੱਚ ਇੱਕ ਵਾਰ ਫਿਰ ਚੋਰਨੀ ਗੈਂਗ ਨੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਵਾਰ ਗੈਂਗ ਨੇ ਇੱਕ ਰੈਡੀਮੇਡ ਸਟੋਰ ਨੂੰ ਨਿਸ਼ਾਨਾ ਬਣਾਇਆ। ਹਜ਼ਾਰਾਂ ਦਾ ਮਾਲ ਲੈ ਕੇ ਇਹ ਲੇਡੀਜ਼ ਗੈਂਗ ਫਰਾਰ ਹੋ ਗਿਆ, ਪਰ ਚੋਰਾਂ ਦੀ ਕਰਤੂਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੀਸੀਟੀਵੀ ਦੀਆਂ ਇਹ ਤਸਵੀਰਾਂ ਸਾਫ਼ ਕਰਦੀਆਂ ਹਨ ਕਿ ਦਿੱਲੀ ਵਿੱਚ ਚੋਰ ਕਿਸ ਕਦਰ ਸਰਗਰਮ ਹਨ। ਸ਼ਨੀਵਾਰ ਦੀ ਦੁਪਹਿਰ ਨੂੰ ਇਸ ਚੋਰ ਗਰੋਹ ਨੇ ਇੱਕ ਰੈਡੀਮੇਡ ਸਟੋਰ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਸਟੋਰ ਅੰਦਰੋਂ ਹਜ਼ਾਰਾਂ ਦਾ ਸਮਾਨ ਚੋਰੀ ਕਰ ਫਰਾਰ ਹੋ ਗਿਆ। ਇੱਥੇ ਜ਼ਿਕਰਯੋਗ ਹੈ ਕਿ ਇਸ ਗੈਂਗ ਵਿੱਚ 2 ਔਰਤਾਂ ਵੀ ਸ਼ਾਮਲ ਹਨ। ਉੱਧਰ ਗੈਂਗ ਵਿੱਚ ਸ਼ਾਮਲ ਪੁਰਸ਼ ਸੇਲਜ਼ਮੈਨ ਨੂੰ ਉਲਝਾ ਕੇ ਰੱਖਦੇ ਹਨ ਤੇ ਔਰਤਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੀਆਂ ਹਨ। ਦੁਕਾਨਦਾਰ ਨੂੰ ਇਸ ਘਟਨਾ ਦਾ ਉਸ ਵੇਲੇ ਪਤਾ ਚੱਲਿਆ ਜਦ ਉਸਨੇ ਮਾਲ ਚੈੱਕ ਕੀਤਾ। ਤਕਰੀਬਨ 2 ਲੇਡੀਜ਼ ਹੈ ਜੋ ਪਲੱਸ 50 ਹੈ ਔਰ ਉਸਕੇ ਇਲਾਵਾ ਇਸਮੇ 7 ਲੋਕ ਮਿਨੀਮਮ ਮੇਰੇ ਕੋਲ ਜੋ ਡਾਊਟ ਹੋ ਰਹਾ ਹੈ 6 ਸੇ 7 ਲੋਕ ਸ਼ਾਮਿਲ ਹੈ ਜਿਨ੍ਹਾਂ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿਆ ਔਰ ਜਿਸ ਟਾਈਮ ਮੈਂ ਘਰ ਸੇ ਆ ਕੇ ਦੇਖਾ ਦੇ ਨੂੰ ਤੋ ਲੜਕੇ ਨੇ ਮੁਝੇ ਬਤਾਇਆ ਕਿ ਭਾਈ ਇਸਕੇ ਅੰਦਰ ਮਾਲ ਜੋ ਹੈ ਵੋ ਕਾਫੀ ਕਮ ਲੱਗ ਰਿਹਾ ਮੁਝੇ ਔਰ ਯਹਾਂ ਪਰ ਐਸੇ ਐਸੇ ਇਤਨੇ ਲੋਕ ਆਏ ਥੇ ਔਰ ਭੀੜ ਸੀ ਲਗੀ ਏਕਦਮ ਔਰ ਉਸਕੇ ਬਾਅਦ ਮੇਂ ਮਾਲ ਖਤਮ ਹੋ ਗਿਆ ਗਾਇਬ ਦਿਖ ਰਿਹਾ ਯਹਾਂ ਪਰ ਕਮ ਦਿਖ ਰਿਹਾ ਤੋ ਮੈਨੇ ਸੀਸੀਟੀਵੀ ਫੁਟੇਜ ਮੇਂ ਦੇਖਾ ਜੈਸਾ ਕਿ ਉਸਮੇਂ ਬਿਲਕੁਲ ਕਲੀਅਰ ਨਜ਼ਰ ਵੀ ਆ ਰਹਾ ਹੈ ਯੇ ਚੀਜ਼ ਪਹਿਲਾਂ ਸੁਣੀ ਥੀ ਲੇਕਿਨ ਅਬ ਦੇਖ ਵੀ ਲਈ ਕਿ ਭਾਈ ਇਸ ਤਰੀਕੇ ਸੇ ਵੀ ਚੋਰੀਆਂ ਜੋ ਹੈ ਚੋਰੀਓ ਕੋ ਅੰਜਾਮ ਦਿਆ ਜਾਤਾ ਹੈ ਆਜ ਮੇਰੇ ਸ਼ੋਪ ਪਰ ਵੀ ਇਹ ਕਾਮ ਹੋ ਗਿਆ ਤੋ ਬੜਾ ਅਜੀਬ ਸਾ ਲੱਗ ਰਿਹਾ ਫੀਲ ਹੋ ਰਿਹਾ ਇਸ ਚੀਜ਼ ਕੋ ਦੇਖਾ ਇਸਮੇਂ ਸਰ ਤਕਰੀਬਨ 35 ਸੇ 40 ਹਜ਼ਾਰ ਰੁਪਏ ਕਾ ਨੁਕਸਾਨ ਮਾਨੇ ਕਾ ਚਲੇ। ਦਿੱਲੀ ਵਿੱਚ ਇਹ ਘਟਨਾਵਾਂ ਆਮ ਨੇ, ਇਹਨਾਂ ਉੱਪਰ ਕੰਟਰੋਲ ਕਰ ਪਾਉਣ ਵਿੱਚ ਦਿੱਲੀ ਪੁਲਿਸ ਬੌਣੀ ਸਾਬਤ ਹੋਈ ਹੈ। ਦਿੱਲੀ ਤੋਂ ਰਕੇਸ਼ ਸੋਨੀ, ਖਬਰ ਹਰਪਲ ਇੰਡੀਆ ਲਈ। ਜਿੱਥੇ ਦੇਸ਼ ਭਰ ਵਿੱਚ IB ਵੱਲੋਂ ਹਾਈ ਅਲਰਟ ਜਾਰੀ ਕੀਤਾ ਹੋਇਆ, ਉੱਥੇ ਹੀ ਪੁਲਿਸ ਵੱਲੋਂ ਜਗ੍ਹਾ ਜਗ੍ਹਾ 'ਤੇ ਫਲੈਗ ਮਾਰਚ ਕਰਕੇ ਲੋਕਾਂ ਨੂੰ ਅਲਰਟ ਰਹਿਣ
ਪਰ ਕਿਸੇ ਵੀ ਕਿਸਮ ਦੇ ਡਰ ਤੋਂ ਬਾਹਰ ਰਹਿਣ ਦੀ ਅਪੀਲ ਕੀਤੀ ਹੈ। ਜਿੱਥੇ ਦੇਸ਼ ਭਰ ਵਿੱਚ ਸੁਰੱਖਿਆ ਏਜੰਸੀ IB ਦੀ ਤਰਫੋਂ ਹਾਈ ਅਲਰਟ ਕੀਤਾ ਹੋਇਆ ਹੈ, ਉੱਥੇ ਹੀ ਪੰਜਾਬ ਪੁਲਿਸ ਵੀ ਪੂਰੀ ਤਰ੍ਹਾਂ ਸਤਰਕ ਨਜ਼ਰ ਆ ਰਹੀ ਹੈ। ਗਣਤੰਤਰ ਦਿਵਸ ਦੇ ਮੱਦੇਨਜ਼ਰ ਜਗ੍ਹਾ ਜਗ੍ਹਾ ਪੁਲਿਸ ਵੱਲੋਂ ਫਲੈਗ ਮਾਰਚ ਕੀਤੇ ਜਾ ਰਹੇ ਨੇ ਤਾਂ ਕਿ ਲੋਕਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਡਰ ਪੈਦਾ ਨਾ ਹੋ ਸਕੇ। ਇਸੇ ਕੜੀ ਦੇ ਤਹਿਤ ਦੀਨਾਨਗਰ ਵੀ ਇੱਕ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਅਪੀਲ ਕੀਤੀ ਹੈ ਕਿ ਕਿਤੇ ਵੀ ਕੋਈ ਸ਼ੱਕੀ ਵਿਅਕਤੀ ਜਾਂ ਚੀਜ਼ ਨੂੰ ਦੇਖਦੇ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਆਪੇ ਆ ਕੇ ਬੰਦੇ ਆ ਕੇ ਉਹਨਾਂ ਨੇ ਕਰਕੇ ਅਸੀਂ ਅੱਜ ਫਲੈਗ ਮਾਰਚ ਕੀਤਾ ਦੀਨਾਨਗਰ ਸਾਹਿਬ, ਜਿਹੜਾ ਲੋਕਾਂ ਦੇ ਵਿੱਚ ਡਰ ਹੋਇਆ ਦੂਰ ਹੋ ਜਾਵੇ। ਦੀਨਾਨਗਰ ਤੋਂ ਦੀਪਕ ਕੁਮਾਰ, ਖਬਰ ਹਰਪਲ ਇੰਡੀਆ ਲਈ। ਮੋਗਾ ਅਧੀਨ ਪੈਂਦੇ ਹਲਕਾ ਨਿਹਾਲ ਸਿੰਘ ਵਾਲਾ ਦੀ ਬਲਾਕ ਸੰਮਤੀ ਚੇਅਰਪਰਸਨ ਹਰਦੀਪ ਕੌਰ ਹਿੰਮਤਪੁਰਾ ਦੇ ਘਰ ਅੱਗੇ ਲੰਘੀ ਰਾਤ ਕੁਝ ਵਿਅਕਤੀਆਂ ਵੱਲੋਂ ਅੰਨੇਵਾਹ ਫਾਇਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਮੁਖੀ ਸੁਖਦੇਵ ਸਿੰਘ ਬਰਾੜ ਨੇ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਵੀਰਵਾਰ ਦੀ ਰਾਤ ਨੂੰ 11 ਵਜੇ ਦੇ ਕਰੀਬ ਹਥਿਆਰਬੰਦ ਵਿਅਕਤੀ ਚੇਅਰਪਰਸਨ ਹਰਦੀਪ ਕੌਰ ਦੇ ਘਰ ਅੱਗੇ ਆਏ ਅਤੇ ਉਹਨਾਂ ਹਵਾਈ ਫਾਇਰਿੰਗ ਕਰਨ ਦੇ ਇਲਾਵਾ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਉਪਰੰਤ ਉਕਤ ਸਾਰੇ ਵਿਅਕਤੀ ਉੱਥੋਂ ਚਲੇ ਗਏ। ਚੇਅਰਪਰਸਨ ਦੇ ਪਤੀ ਅਤੇ ਅਕਾਲੀ ਨੇਤਾ ਸੁਰਜੀਤ ਸਿੰਘ ਹਿੰਮਤਪੁਰਾ ਨੇ ਕਿਹਾ ਹੈ ਕਿ ਉਹ ਘਰ 'ਚ ਨਹੀਂ ਸਨ ਤਾਂ ਹਮਲਾਵਾਰਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਕਿਹਾ ਕਿ ਸਾਡੀ ਕੋਈ ਵੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ, ਪਰ ਉਹ ਕਥਿਤ ਤੌਰ 'ਤੇ ਕਿਸੇ ਵੀ ਤਰ੍ਹਾਂ ਦਾ ਮਾੜਾ ਧੰਦਾ ਕਰਨ ਵਾਲੇ ਪਿੰਡ ਵਾਸੀ ਦਾ ਸਾਥ ਨਹੀਂ ਦਿੰਦੇ, ਜਿਸ ਕਾਰਨ ਕਈ ਲੋਕ ਉਹਨਾਂ ਨਾਲ ਰੰਜਿਸ਼ ਰੱਖਦੇ ਹਨ। ਉਹਨਾਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ। ਉੱਧਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਜੀ ਇਹੀ ਆ ਗੱਲ ਵੀ ਅਸੀਂ ਇਹ ਕਰਦੇ ਹਾਂ 2 ਨੰਬਰ ਦਾ ਧੰਦਾ ਸ਼ਰਾਬ ਦਾ। ਅਸੀਂ ਕਹਿੰਦੇ ਸੀ ਵੀ ਤੁਸੀਂ ਸ਼ਰਾਬ ਨਾ ਵੇਚੋ, ਪਾਰਟੀ ਦੀ ਵੇਚਤੀ ਹੁੰਦੀ ਇਸ ਗੱਲੋਂ ਵੀ ਅਸੀਂ ਚੇਅਰਮੈਨ ਆ ਗਏ, ਸਾਡੀ ਇਸ ਗੱਲੋਂ ਸਾਰੀ ਬੇਇੱਜ਼ਤੀ ਆ। ਇਹ ਆਹੀ ਰੰਜ ਰੱਖਦੇ ਆ ਸਾਡੇ ਨਾਲ ਵੀ ਸਾਨੂੰ ਇਸ ਗੱਲੋਂ ਕਾਹਤੋਂ ਰੁਕਦੇ ਆ। ਸਾਨੂੰ ਇੱਕ ਇਨਫੋਰਮੇਸ਼ਨ ਫੋਨ ਆਇਆ ਹੈਗਾ ਜੀ, ਕਹਿੰਦੇ ਵੀ ਹਰਦੀਪ ਕੌਰ ਚੇਅਰਪਰਸਨ ਆ ਬਲਾਕ ਸਮਿਤੀ ਦੀ, ਉੱਥੇ ਉਹਨਾਂ ਦੇ ਘਰ ਫਾਇਰਿੰਗ ਹੋਈ ਆ, ਜਿਸ 'ਤੇ ਅਸੀਂ ਮੈਂ ਅਤੇ ਚੌਂਕੀ ਇੰਚਾਰਜ ਬੇਅੰਤ ਸਿੰਘ ਪੱਟੀ ਬਿਲਾਸਪੁਰ ਮੌਕੇ 'ਤੇ ਪੁੱਜ ਕੇ ਉੱਥੇ ਅਸੀਂ ਵੈਰੀਫਾਈ ਕਰ ਰਹੇ ਹਾਂ ਮੈਟਰ ਨੂੰ, ਅਤੇ ਦੋਨੋਂ ਪਾਰਟੀਆਂ ਨੂੰ ਉੱਥੇ ਤਲਬ ਕੀਤਾ ਗਿਆ ਹੈ। ਸਾਨੂੰ ਇਨਫੋਰਮੇਸ਼ਨ ਇਹ ਮਿਲੀ ਹੈ ਵੀ ਉਹਨਾਂ ਦੀ ਗਲੀ ਦੇ ਵਿੱਚ ਜਿਹੜੇ ਹੈਗੇ ਆ ਸੁਰਿੰਦਰ ਸਿੰਘ ਇਲੀਅਸ ਛਿੰਦਰ ਵਾਸੀ ਹਿੰਮਤਪੁਰਾ ਨੇ ਉੱਥੇ ਫਾਇਰਿੰਗ ਆਪਦੀ ਦਨਾਲੀ ਰਾਈਫਲ ਨਾਲ ਕੀਤੀ ਹੈ। ਇਸ ਬਾਰੇ ਜਿਹੜੇ ਉਹਨਾਂ ਦੀ ਮਦਈਆਂ ਦੇ ਦਰਖਾਸਤ ਉਹਨਾਂ ਦੇ ਬਿਆਨ 'ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਮੋਗਾ ਤੋਂ ਹਰਪਾਲ ਸਿੰਘ, ਖਬਰ ਹਰਪਲ ਇੰਡੀਆ ਲਈ। ਅਤੇ ਇਹ ਸੀ ਅੱਜ ਦਾ ਸ਼ਾਮ ਵੇਲੇ ਵਾਲਾ ਬੁਲੇਟਿਨ, ਅਤੇ ਕੱਲ੍ਹ ਇਸੇ ਵੇਲੇ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਖਬਰਾਂ ਦੇ ਨਾਲ। ਸਤਿ ਸ਼੍ਰੀ ਅਕਾਲ।